ਸਾਰੇ ਹੀ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਹੈ ਅੱਜ ਸਾਰੀ ਦੁਨੀਆ ਵਿੱਚ ਸੀਰੀਆ ਵਿੱਚ ਹੋਏ ਗੈਸ ਅਟੈਕ ਦੀ ਚਰਚਾ ਹੋ ਰਹੀ ਹੈ ਦੁਨੀਆ ਦੀਆਂ ਵੱਡੀਆਂ ਤਾਕਤਾਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰ ਰਹੀਆਂ ਹਨ ਪਰ ਸੀਰੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਕੋਈ ਗੰਭੀਰ ਯਤਨ ਨਹੀਂ ਕਰ ਰਿਹਾ ਅੱਜ ਦੇ ਪ੍ਰਾਈਮ ਅਨਾਲਿਸਿਸ ਵਿੱਚ ਅਸੀਂ ਇਸੇ ਮੁੱਦੇ ਉੱਤੇ ਵਿਚਾਰ ਕਰਾਂਗੇ ਕਿ ਸੀਰੀਆ ਦਾ ਸਾਰਾ ਮੁੱਦਾ ਹੈ ਕੀ ਅਤੇ ਇਸ ਦੇ ਹੱਲ ਲਈ ਕੀ ਯਤਨ ਹੋ ਰਹੇ ਹਨ ਡਾਕਟਰ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਥੈਂਕ ਯੂ ਸੀਰੀਆ ਦੇ इदਲੀਬ ਸ਼ਹਿਰ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉੱਥੇ ਇੱਕ ਕੈਮੀਕਲ ਵੈਪਨ ਨਾਲ ਹਮਲਾ ਹੋਇਆ ਜੋ ਚ 72 ਲੋਕਾਂ ਦੀ ਮੌਤ ਹੋ ਗਈ ਹੈ ਬਿਲਕੁਲ ਕੀ ਖਬਰ ਹੈ ਇਸ ਬਾਰੇ ਜ਼ਿੰਮੇਵਾਰ ਕੌਣ ਹੈ ਇਸ ਪਰ ਇਸ ਪਰ ਕੀ ਚਰਚਾ ਚੱਲ ਰਹੀ ਹੈ ਥੋੜਾ ਜਿਹਾ ਜਾਣਕਾਰੀ ਦਿਓ ਹਾਂ ਜੀ ਰਾਜੀਪਿਆ ਅਸੀਂ ਦੇਖ ਰਹੇ ਹਾਂ ਕਿ ਕੱਲ ਤੋਂ ਸਾਰੇ ਮੀਡੀਆ ਦੇ ਵਿੱਚ ਚਾਈ ਹੋ ਕਬਰਾਂ ਸਾਰੀ ਦੁਨੀਆ ਦੇ ਵਿੱਚ ਇਸ ਦੀ ਖੂਬ ਚਰਚਾ ਵੀ ਹੋ ਰਹੀ ਹੈ ਤੇ ਇਸ ਦੀ ਆਲੋਚਨਾ ਵੀ ਹੋ ਰਹੀ ਹੈ ਬਹੁਤ ਸਾਰੇ ਲੋਕ ਇਹਨੂੰ ਕੰਡੈਮ ਕਰ ਰਹੇ ਨੇ ਦੇਸ਼ ਵੀ ਕੰਡੈਮ ਕਰ ਰਹੇ ਨੇ ਕਿ ਜੋ ਕੁਝ ਸੀਰੀਆ ਦੇ ਵਿੱਚ ਚੱਲ ਰਿਹਾ ਜਾਂ ਹੋ ਰਿਹਾ ਹੈ ਇਹ ਬਹੁਤ ਮਾੜਾ ਹੋ ਰਿਹਾ ਹੈ ਨਵੀਂ ਖਬਰ ਦੇ ਹਿਸਾਬ ਦੇ ਨਾਲ ਇਹ ਹੈ ਕਿ ਜੋ ਕੈਮੀਕਲ ਅਟੈਕ ਹੋਇਆ ਉੱਥੇ ਇੱਕ ਕੈਮੀਕਲ ਗੈਸ ਬੰਬ ਦਾ ਅਟੈਕ ਵੀ ਉਹਨੂੰ ਕਿਹਾ ਜਾ ਰਿਹਾ ਹੈ ਜਾਂ ਉਹਨੂੰ ਇੱਕ ਨਵੀਂ ਗੈਸ ਦਾ ਵੀ ਅਟੈਕ ਕਿਹਾ ਜਾ ਰਿਹਾ ਹੈ ਇਸ ਅਟੈਕ ਦੇ ਵਿੱਚ ਹੁਣ ਤੱਕ ਕੁਝ ਕਮਿਡੀਆਂ ਦੇ ਵਿੱਚ ਤਾਂ ਕਨਫਰਮ ਹੋਇਆ ਕਿ 72 ਵਿਅਕਤੀਆਂ ਦੀ ਜਾਨ ਗਈ ਹੈ ਕੁਝ মিডিਆ ਵੀ ਕਹਿ ਰਿਹਾ ਹੈ ਕਿ ਇਹਦੇ ਵਿੱਚ 80 83 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਵੇਲੇ ਹਸਪਤਾਲਾਂ ਦੇ ਵਿੱਚ ਵੀ ਐਡਮਿਟ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਦੇ ਵਿੱਚੋਂ ਜੋ ਮਰਨ ਵਾਲੇ ਬੱਚੇ ਵੀ ਬਹੁਤ ਨੇ 25 ਤੋਂ ਬੱਚੇ ਨੇ ਜਿਨ੍ਹਾਂ ਦੀ ਜਾਨ ਚਲੀ ਗਈ ਹੁਣ ਇਹ ਗੈਸ ਜਦੋਂ ਉੱਥੇ ਫੈਲੀ ਹੈ ਉਸ ਏਰੀਏ ਦੇ ਵਿੱਚ ਖਾਸ ਤੌਰ ਤੇ ਜਦੋਂ ਇਦਲੀਬ ਦਾ ਜਿਹੜਾ ਪ੍ਰੋਵਿੰਸ ਹੈ ਏਰੀਆ ਦੇ ਉਰਤ ਪੱਛਮ ਦੇ ਵਿੱਚ ਪੈਂਦਾ ਹੈ ਉਸ ਦੇ ਵਿੱਚ ਇੱਕ ਖਾਨ ਸ਼ੇਖੋ ਨਾਂ ਦੀ ਇੱਕ ਜਗ੍ਹਾ ਜਿੱਥੇ ਸਾਰਾ ਕੁਝ ਵਾਪਰਿਆ ਹੈ ਤਾਂ ਉਸ ਏਰੀਆ ਦੇ ਵਿੱਚ ਜਦੋਂ ਇਹਨਾਂ ਲੋਕਾਂ ਦੀ ਡੈਥ ਹੁੰਦੀ ਹੈ ਜਾਂ ਮੌਤ ਹੁੰਦੀ ਹੈ ਉਹ ਸਾਹ ਲੈਂਦੇ ਨੇ ਬਹੁਤ ਖਿੱਚ ਮਾਰ ਸਾਹ ਲੈਂਦੇ ਨੇ ਹੌਲੀ ਹੌਲੀ ਸਾਹ ਬੰਦ ਹੋ ਜਾਂਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਪੋਜੀਸ਼ਨ ਉੱਥੇ ਦੇਖੀਏ ਡਾਕਟਰ ਸਾਹਿਬ ਧੁਮਾਕਾ ਹੋਇਆ ਕਿਦਾਂ ਕੀ ਬਾਇਰ ਕੁਛ ਸਿੱਟੇ ਗਏ ਬੰਬੇਆ ਕਿਦਾਂ ਥੱਲੇ ਜ਼ਮੀਨ ਤੋਂ ਹੀ ਕੀਤੇ ਗਏ ਨੇ ਜਿਗਰ ਜੀ ਇਹ ਇਹਦੇ ਤੇ ਹੁਣ ਚਰਚਾ ਚੱਲ ਰਹੀ ਹੈ ਦੋ ਤਿੰਨ ਕਿਸਮ ਦੇ 뷰 ਮਿਲ ਰਹੇ ਨੇ ਇੱਕ ਤਾਂ ਕੱਲ ਦੀ ਯੂਨ ਦੇ ਵਿੱਚ ਵੀ ਇਹਦੇ ਵਿੱਚ ਚਰਚਾ ਚੱਲ ਰਹੀ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਉਹਦੇ ਚ ਤਿੰਨ ਚਾਰ ਪੱਖ ਸਾਡੇ ਸਾਹਮਣੇ ਆ ਰਹੇ ਨੇ ਇੱਕ ਪੱਖ ਤਾਂ ਉਹ ਹੈ ਜਿਹੜਾ ਇੱਕ ਪੱਖ ਹੋਇਆ ਜਿਹੜਾ ਕਿ ਰਸ਼ੀਆ ਗਵਰਨਮੈਂਟ ਜ ਰਸ਼ੀਆ ਦੇਸ਼ ਆ ਜਿਹੜਾ ਉਹ ਸਾਡੇ ਸਾਹਮਣੇ ਰੱਖ ਰਿਹਾ ਹੈ ਇੱਕ ਪੱਖ ਹੋਇਆ ਜਿਹੜੀਆਂ ਕਿ ਵੈਸਟਰਨ ਪਾਵਰਸ ਨੇ ਯੂਕੇ ਆ ਫਰਾਂਸ ਐ ਅਮਰੀਕਾ ਉਹ ਸਾਡੇ ਸਾਹਮਣੇ ਰੱਖ ਰਹੇ ਨੇ ਤੇ ਇੱਕ ਜਿਹੜੇ ਉੱਥੋਂ ਦੇ ਰੈਬਲ ਨੇ اپੋਜੀਸ਼ਨ ਦੇ ਵਿੱਚ ਨੇ ਉਹ ਰੱਖ ਰਹੇ ਨੇ ਹੁਣ ਸਾਰਿਆਂ ਦੇ ਵਿੱਚ ਵੇਰੀਏਸ਼ਨ ਬਹੁਤ ਹੈ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਹੁਣ ਜਿਹੜੇ ਦੋ ਪੱਖ ਸਾਹਮਣੇ ਆਪਾਂ ਜੇ ਲੋ ਇਹਨੂੰ ਦੋ ਡਿਵੀਜ਼ਨਾਂ ਕਰੀਏ ਇਹ ਪੱਖ ਹੈ ਕਿ ਜਿਹੜੀਆਂ ਵੈਸਟਰਨ ਪਾਵਰਸ ਨੇ ਇਹ ਕਹਿ ਰਹੀਆਂ ਨੇ ਕਿ ਜਿਹੜੇ ਉੱਥੇ ਸਟ੍ਰਾਈਕਸ ਹੋਈਆਂ ਬੰਬ ਧਮਾਕਾ ਹੋਇਆ ਉਸ ਸ਼ਹਿਰ ਜੀ ਬੀਓ ਸੀਰੀਆ ਦੇ ਜਹਾਜ਼ਾਂ ਨੇ ਉਥੇ ਸਟ੍ਰਾਈਕ ਕੀਤੀ ਹਮ ਕੁਝ ਲੋਕ ਲੈਕਟਿਵਿਸਟ ਇਹ ਵੀ ਕਹਿ ਰਹੇ ਨੇ ਕਿ ਉਹ ਜਹਾਜ਼ ਦੋ ਜਹਾਜ਼ ਸੀ ਇੱਕ ਸੀਰੀਆ ਦਾ ਸੀ ਇੱਕ ਰਸ਼ੀਆ ਦਾ ਸੀ ਸੀਰੀਅਨ ਗਵਰਨਮੈਂਟ ਸੀਰੀਅਨ ਗਵਰਨਮੈਂਟ ਨੇ ਅਟੈਕ ਕੀਤਾ ਵੀ ਉਹ ਜਿਹੜਾ ਏਰੀਆ ਨਾ ਅਸਲ ਵਿੱਚ ਉੱਥੇ ਜਿਹੜਾ ਕੰਟਰੋਲ ਹੈ ਉਹ ਸੀਰੀਆ ਗਵਰਨਮੈਂਟ ਦੇ ਜਿਹੜੇ اپੋਜੀਸ਼ਨ ਦੇ ਵਿੱਚ ਲੋਕ ਖੜੇ ਨੇ ਰੈਬਲਸ ਵੱਲੋਂ ਰੈਬਲਸ ਵੱਲੋਂ ਗਵਰਨਮੈਂਟ ਉਹਨਾਂ ਨੂੰ ਰੈਬਲਸ ਕਹਿੰਦੀ ਹੈ ਪੱਛਮੀ ਦੇਸ਼ ਉਹਨਾਂ ਨੂੰ ਸੀਰੀਆ ਦੇ اپੋਜੀਸ਼ਨ ਦੇ ਵਿੱਚ ਲੋਕਾਂ ਨੂੰ ਨਾਮ ਦਿੰਦੀ ਹੈ ਉਹ ਸਾਰਾ ਉਹਨਾਂ ਦੇ ਕੰਟਰੋਲ ਦੇ ਵਿੱਚ ਏਰੀਆ ਹੈ ਹੁਣ ਜਿਹੜਾ ਸੀਰੀਅਨ ਗਵਰਨਮੈਂਟ ਅਤੇ ਰਸ਼ੀਅਨ ਪੱਖਾ ਉਹ ਇਹ ਕਹਿੰਦੇ ਨੇ ਕਿ ਉੱਥੇ ਇੱਕ ਬਣਾਉਂਦੇ ਸੀਗੇ ਜਿਹੜੇ ਰੈਬਲ ਨੇ ਉਹ ਵੈਪਨ ਕਿਸੇ ਟਾਈਮ ਦੇ ਉੱਤੇ ਕਹਿੰਦੇ ਅਰਾਕ ਦੇ ਵਿੱਚ ਵੀ ਵਰਤੇ ਗਏ ਸੀ ਤਾਂ ਉਹ ਕਈ ਥਾਵਾਂ ਦੇ ਉੱਤੇ ਅੱਗੇ ਪਿੱਛੇ ਵੀ ਵਰਤੇ ਜਾਂਦੇ ਨੇ ਉੱਥੇ ਸਟ੍ਰਾਈਕ ਹੋਈ ਹੈ ਉਹਦੇ ਨਾਲ ਜਿਹੜੀ ਉੱਥੇ ਗਏ ਸੀ ਉਹ ਫਟ ਗਈ ਤੇ ਉਹ ਲੋਕਾਂ ਦੇ ਵਿੱਚ ਫੈਲ ਗਿਆ ਸਿਸਟਮ ਜਿਹਦੇ ਨਾਲ ਲੋਕ ਮਾਰੇ ਗਏ ਜੀ ਜੀ ਜਿਹੜਾ ਦੂਜਾ ਪੱਖ ਹੈ ਉਹ ਕਹਿੰਦੇ ਨੇ ਕਿ ਨਹੀਂ ਜਿਹੜੀ ਇਹ ਬੰਬ ਨੇ ਇਹ ਸਿੱਟੇ ਸੀਰੀਅਨ ਗਵਰਨਮੈਂਟ ਨੇ ਨੇ ਉਹਨਾਂ ਦੇ ਐਸਟ੍ਰਾਈਕਸ ਦੇ ਵਿੱਚੋਂ ਹੀ ਇਹ ਬੰਬਾਂ ਦਾ ਧਮਾਕਾ ਹੋਇਆ ਕਿਉਂਕਿ ਦੋਨਾਂ ਦੀ ਟਾਈਮਿੰਗਸ ਦੇ ਵਿੱਚ ਕਾਫੀ ਡਿਫਰੈਂਸ ਦੱਸਿਆ ਜਾ ਰਿਹਾ ਹੈ ਰੂਸ ਦੇ ਐਂਵੈਸਟਰ ਜਿਹੜਾ ਟਾਈਮਿੰਗ ਦੇ ਰਹੇ ਨੇ ਹੋਰ ਨੇ ਜਿਹੜਾ ਉਤੋਂ ਦੇ ਰੈਬਲ ਲੋਕ ਟਾਈਮਿੰਗ ਦੇ ਰਹੇ ਨੇ ਹੋਰ ਨੇ ਚਾਹੇ ਕੁਝ ਵੀ ਹੋਵੇ ਫਿਲਹਾਲ ਇਸ ਤੇ ਰੌਲਾ ਚੱਲ ਰਿਹਾ ਹੈ ਕਿ ਉਹ ਕਿਸ ਨੇ ਸਿੱਟੇ ਕਿਹਨੂੰ ਸਿੱਟੇ ਹੁੰਜੇ ਹੈ ਕਿ ਕੈਮਿਕਲਸ ਦੀ ਵਰਤੋਂ ਕੀਤੀ ਗਈ ਚਾਹੇ ਉਹ ਸਰਕਾਰੀ ਏਜੰਸੀਆਂ ਨੇ ਕੀਤੀ ਚਾਹੇ ਉਹ ਰੈਬਲਸ ਨੇ ਕੀਤੀ ਉਸ ਆਧਾਰ ਦੇ ਉੱ ਉਹਨਾਂ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਲੈ ਕੇ ਗਏ ਉੱਥੇ ਵੀ 에ਅਰ ਸਟ੍ਰਾਈਕਸ ਹੋਈਆਂ ਨੇ ਉਹਦੀਆਂ ਵੀ ਸਾਡੇ ਕੋਲ ਫੋਟੋ ਆ ਰਹੀਆਂ ਕਿ ਉੱਥੇ 에ਅਰ ਸਟ੍ਰਾਈਕਸ ਹੋਈਆਂ ਕਿੱਥੇ ਉਹ ਇਲਾਜ ਚੱਲ ਰਿਹਾ ਇਹ ਉਦੋਂ ਵੀ ਘਨੌਣੀ ਹਰਕਤ ਹੈ ਜੀ 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 ਤਾਂ ਹੁਣ ਇਹ ਵੀ ਉਹਦੇ ਵਿੱਚ ਬੱਚੇ ਵੀ ਮਾਰੇ ਗਏ ਲੋਕ ਵੀ ਮਾਰੇ ਗਏ ਪਹਿਲਾਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ 1 ਮਹੀਨੇ ਵਿੱਚ 3 ਵਾਰੀ ਅਜਿਹੇ ਕੈਮੀਕਲ ਅਟੈਕ ਹੋਏ ਨੇ ਉਹਨਾਂ ਚੋਂ ਚਲੋ ਬਹੁਤੀ ਗਿਣਤੀ ਨਹੀਂ ਸੀ ਲੋਕਾਂ ਦੀ ਤਾਂ ਕਿ ਤੋ ਇਸ ਪਰ ਇੱਥੇ ਜਾਦੇ ਲੋਕ ਮਾਰੇ ਗਏ ਨੇ ਹਾਂ ਪਰ ਅਨੁਚਨਾ ਬਹੁਤ ਹੈ ਕਿਉਂਕਿ ਦੁਨੀਆ ਦੇ ਵਿੱਚ ਇੱਕ ਸੰਧੀ ਹੋਈ ਹੋਈ ਹੈ 1997 ਦੇ ਵਿੱਚ ਕਿ ਕੈ ਜੀ ਬਿਲਕੁਲ ਸਿਰਿਆ ਕਹਿ ਰਿਹਾ ਕਿ ਮੈਂ ਉਸ ਸੰਧੀ ਤੇ ਖੜਾ ਮੈਂ ਵਰਤੋਂ ਨਹੀਂ ਕੀਤੀ ਨਹੀਂ ਕਰਾਂਗਾ ਈਵਨ ਫਿਊਚਰ ਦੇ ਵਿੱਚ ਵੀ ਜੇ ਕੋਈ ਮੇਰੇ ਕੋਲ ਕੈਮੀਕਲ ਐਮਾ ਨੂੰ ਖਤਮ ਕਰਨ ਲਈ ਵੀ ਤਿਆਰ ਆ ਉਹ ਗਵਰਨਮੈਂਟ ਤਾਂ ਇਹ ਕਹਿ ਰਹੀ ਹੈ ਪਰ ਦੂਜੇ ਪਾਸੇ ਜਿਹੜੀਆਂ ਦੇਸ਼ ਦੀਆਂ ਸਾਰੇ ਦੁਨੀਆ ਦੇ ਵਿੱਚ ਕੰਟਾਮਿਨੇਸ਼ਨ ਇਸ ਵੇਲੇ ਬਹੁਤ ਭਾਰੂ ਹੈ ਕਿ ਹਾਂ ਕੈਮੀਕਲ ਵੈਪਨ ਕਿਉਂ ਵਰਤੇ ਜਾ ਰਹੇ ਨੇ ਤਾਂ ਕੀ ਹਾਲਾਤ ਹੋਣਗੇ ਚਲੋ ਇਹ ਤਾਂ ਮੌਕੇ ਦਾ ਸਮਾਂ ਦੱਸੂਗਾ ਪਰ ਇਸ ਤਰ੍ਹਾਂ ਦੀਆਂ ਜਿਹੜੇ ਵਾਅਦੇ ਤੇ ਦਾਅਵੇ ਨੇ ਯੂਨੈ ਦੇ ਵਿੱਚ ਵੀ ਇੱਕ ਦੂਜੇ ਤੇ ਤੁਮਤਵਾਦੀਆ ਦੋਸ਼ਣਬਾਜ਼ੀ ਚੱਲ ਰਹੀ ਹੈ ਇਹਦਾ ਹੱਲ ਜਰੂਰ ਹੋਣਾ ਚਾਹੀਦਾ ਡਾਕਟਰ ਸਾਹਿਬ ਚਰਚਾ ਤਾਂ ਦੇਵਚ ਪਰ ਯੂਨਾਈਟਿਡ ਨੇਸ਼ਨਜ਼ ਦੀ ਸੁਰੱਖਿਆ ਪਰਿਸ਼ਦ ਹੈਗੀ ਹੈ ਕਿ ਉਹ ਇਸ ਬਾਰੇ ਕੁਝ ਨਹੀਂ ਕਰ ਸਕਦੀ ਅਮਰੀਕਾ ਦਾ ਕੀ ਸਟੈਂਡ ਹੈ ਇਸ ਬਾਰੇ ਹੁਣ ਇਹ ਗੱਲ ਬਹੁਤ ਹੀ ਵਿਚਾਰ ਅਧੀਨ ਹੈ ਕਿਉਂਕਿ ਦੁਨੀਆ ਦੇ ਵਿੱਚ ਵੱਡੀਆਂ ਤਾਕਤਾਂ ਦੇ ਵਿੱਚੋਂ ਅਮਰੀਕਾ ਇੱਕ ਸਭ ਤੋਂ ਵੱਡੀ ਤਾਕਤ ਫਿਲਹਾਲਾ ਕੋਡਵਾਰ ਤੋਂ ਬਾਅਦ ਜੈਸੀ ਮੰਨੀ ਹੈ ਤਾਂ ਦੁਨੀਆ ਦੇ ਵਿੱਚ ਜਿਹੜਾ ਕੁਝ ਵੀ ਹੋ ਰਿਹਾ ਉਹਦੇ ਵਿੱਚ ਇਹ ਅਮਰੀਕਾ ਦੀ ਪਾਲਿਸੀ ਕੀ ਹੁੰਦੀ ਹੈ ਇਹਦੇ ਤੇ ਕਈ ਵਾਰੀ ਡਿਸਕਸ਼ਨ ਹੁੰਦੀ ਹੈ ਹੁਣ ਉਥੇ ਜਿਹੜਾ ਉੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਯੂਨ ਦੀ ਸੁਰੱਖਿਆ ਪ੍ਰੀਸ਼ਦ ਦੀ ਸਕਿਉਰਿਟੀ ਕੌਂਸਲ ਦੀ ਸਕਿਉਰਿਟੀ ਕੌਂਸਲ ਦੇ ਵਿੱਚ ਅੱਜ ਵੀ ਵਿਚਾਰਾਂ ਚੱਲ ਰਹੀਆਂ ਨੇ ਉੱਥੇ ਯੂਨ ਦੇ ਵਿੱਚ ਸਾਰੀਆਂ ਇਸ ਮਸਲੇ ਦੇ ਉੱਤੇ ਕੀ ਹੱਲ ਲੱਭਿਆ ਜਾਂਦਾ ਇਹ ਤਾਂ ਚਲੋ ਫਿਊਚਰ ਦੱਸੇਗਾ ਪਰ ਉੱਥੇ ਸੁਰੱਖਿਆ ਪ੍ਰੀਸ਼ਦ ਦੀ ਪੋ ਕਿ ਉਹਦੇ ਵਿੱਚ ਜੇ ਕੋਈ ਮਤਾ ਪਾਸ ਹੁੰਦਾ ਹੈ ਉਸ ਤੋਂ ਬਾਅਦ ਯੂਨ ਜਿਹੜੀ ਉਹ ਐਕਸ਼ਨ ਲੈ ਸਕਦੀ ਹੁੰਦੀ ਹੈ ਹੁਣ ਉੱਥੇ ਮਤੇ ਦੋ ਤਰ੍ਹਾਂ ਦੇ ਪਾਸ ਹੁੰਦੇ ਨੇ ਇੱਕ ਤਾਂ ਚਲੋ ਪੀਸਫੁਲ ਰੈਜ਼ੋਲੂਸ਼ਨ ਹੁੰਦੇ ਨੇ ਕੋਈ ਸ਼ਾਂਤੀ ਦੀ ਗੱਲ ਕਰਨੀ ਹੈ ਇੱਕ ਹੁੰਦਾ ਹੈ ਜੇ ਕੋਈ ਹਮਲਾ ਕਰਨਾ ਅਟੈਕ ਕਰਨਾ ਜਦੋਂ ਹਮਲਾ ਕਰਨਾ ਤਾਂ ਉਹਦੇ ਵਿੱਚ 15 ਮੈਂਬਰਾਂ ਚੋਂ 9 ਮੈਂਬਰਾਂ ਦਾ ਬਹੁਮਤ ਜ਼ਰੂਰੀ ਹੁੰਦਾ ਉਹ ਬਹੁਮਤ ਦੇ ਵਿੱਚ ਪੰਜ ਜਿੰਨਾ ਮੈਂਬਰਾਂ ਕੋਲੇ ਵੀਟੋ ਹੈ ਵੱਡੀਆਂ ਤਾਕਤਾਂ ਨੇ ਜਿਵੇਂ ਰੂਸ ਹੈ ਚੀਨ ਹੈ ਜਾਂ ਸੋਵੀਅਤ ਯੂਨੀਅਨ ਹੈ ਇੰਗਲੈਂਡ ਫਰਾਂਸ ਹੈ ਇਹਨਾਂ ਦਾ ਸਹਿਮਤ ਹੋਣਾ ਬਹੁਤ ਜ਼ਰੂਰੀ ਹੈ ਭਾਵੇਂ ਜੇ ਇਹਨਾਂ ਚੋਂ ਇੱਕ ਵਿਅਕਤੀ ਵੀ ਕਹੇ ਕਿ ਨਹੀਂ ਮੈਂ ਇਹਦੇ ਨਾਲ ਸਹਿਮਤ ਨਹੀਂ ਉਹਨੂੰ ਅਸੀਂ ਕਹਿੰਦੇ ਹਾਂ ਕਿ ਉਹਨੇ ਵੀਟੋ ਦੀ ਵਰਤੋਂ ਕਰ ਲਈ ਹੈ ਨਾ ਤਾਂ ਹੁੰਦਾ ਸਮੇਂ ਦੇ ਵਿੱਚ ਵੀ ਦੋ ਤਿੰਨ ਵਾਰੀ ਇਹ ਕੇਸ ਆਇਆ ਸੀ ਰੀਆ ਦਾ ਸਕਿਉਰਿਟੀ ਕੌਂਸਲ ਦੇ ਵਿੱਚ ਉੱਥੇ ਰੂਸ ਵਾਲੇ ਅਤੇ ਚੀਨ ਵਾਲੇ ਉਹ ਮਸਲੇ ਨੂੰ ਵੀਟੋ ਕਰ ਦਿੰਦੇ ਸੀ ਭਾਵੇਂ 15 ਚੋਂ 13 ਮੈਂਬਰ ਇੱਕ ਪਾਸੇ ਨੇ ਜੇ ਦੋ ਮੈਂਬਰ ਇੱਕ ਪਾਸੇ ਹੋ ਗਏ ਜਾਂ ਇੱਕ ਮੈਂਬਰ ਵੀ ਇੱਕ ਪਾਸੇ ਹੋ ਗਿਆ ਵੀਟੋ ਜਿਹੜੇ ਪੰਜਾਂ ਵਿੱਚ ਜਿਹੜੇ ਪੰਜਾਂ ਚੋਂ ਇੱਕ ਵੀ ਉਲਟ ਹੋ ਗਿਆ ਤਾਂ ਯੂਨ ਕੋਈ ਐਕਸ਼ਨ ਅਟੈਕ ਵਾਲਾ ਨਹੀਂ ਕਰ ਸਕਦੀ ਹਾਂ ਕੋਈ ਛੋਟੇ ਐਕਸ਼ਨ ਨੇ ਜਿਹੜੇ ਮਾੜੇ ਵਟੇ ਪੀਸ ਨਾਲ ਸੰਬੰਧਿਤ ਅਜਿਹੇ ਮਾਮਲੇ ਕੀਤੇ ਜਾ ਸਕਦੇ ਨੇ ਹਮਲਾ ਨਹੀਂ ਕੀਤਾ ਜਾ ਸਕਦਾ ਉੱਥੇ ਫੌਜਾਂ ਨਹੀਂ ਭੇਜੀਆਂ ਜਾ ਸਕਦੀਆਂ ਵੱਡੀਆਂ ਸੈਂਕਸ਼ਨ ਜੀ ਨਹੀਂ ਰਾਈਆਂ ਜਾ ਸਕਦੀਆਂ ਇਹਦਾ ਭਾਵ ਸਿਕਿਉਰਿਟੀ ਕੌਂਸਲ ਦੇ ਹੱਥ ਬੰਨੇ ਹੋਏ ਨੇ ਉਹ ਕੁਰੀਨ ਤੌਰ ਤੇ ਕੁਝ ਨਹੀਂ ਕਰ ਸਕਦੀ। ਦੂਜਾ ਪੱਖ ਜਿਹੜਾ ਤੁਸੀਂ ਅਮਰੀਕਾ ਵਾਲਾ ਲਿਆ ਹੁਣ ਇਹ ਮੈਂ ਪੜ੍ਹਦਾ ਸੀ ਜਿਹੜੀ ਅੱਜ ਚੱਲ ਰਹੀ ਹੈ ਉੱਥੇ ਹਾਲੇ ਵੀ ਬਹਿਸ ਉਹਦੇ ਵਿੱਚ ਨਿੱਕੀ ਹੈਲੀ ਇਹਨਾਂ ਦੀ ਰਿਪਰੈਜ਼ੈਂਟੇਟਿਵ ਹੈ ਯੂਨ ਦੇ ਵਿੱਚ ਅਮਰੀਕਾ ਦੀ ਉਹ ਆਪਣੇ ਭਾਸ਼ਾ ਦੇ ਵਿੱਚ ਕਹਿ ਰਹੇ ਨੇ ਕਿ ਜੇ ਯੂਨ ਨੇ ਕੋਈ ਐਕਸ਼ਨ ਨਾ ਕੀਤਾ ਤਾਂ ਅਮਰੀਕਾ ਆਪਣੇ ਤੌਰ ਤੇ ਐਕਸ਼ਨ ਲੈਣ ਲਈ ਮਜਬੂਰ ਹੋਵੇਗਾ। ਹੁਣ ਇਹ ਪੋਜੀਸ਼ਨ ਤੁਸੀਂ ਦੇਖੋ ਉਹ ਹੈ ਜਿਹੜੀ ਕਿ ਇਰਾਨ ਦੇ ਵਿੱਚ ਉਸਦਾਮ ਹਸੈਨ ਵੇਲੇ ਸੀ ਜਦੋਂ ਕਿਹਾ ਜਾ ਰਿਹਾ ਸੀ ਕਿ ਉੱਥੇ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਉੱਥੇ ਵੀ ਯੂਨ ਦੀ ਕਿਸੇ ਨੇ ਅੜੀਕ ਨਹੀਂ ਸੀ ਕੀਤੀ ਕਿਉਂਕਿ ਉਹ ਚਮਤਾ ਪਾਸ ਨਹੀਂ ਸੀ ਹੋਣਾ ਤਾਂ ਉਦੋਂ ਅਮਰੀਕਾ ਨੇ ਆਪਣੇ ਤੌਰ ਤੇ ਹੀ ਇਰਾਕ ਦੇ ਵਿਰੁੱਧ ਐਕਸ਼ਨ ਲਿਆ ਸੀ ਸਾਰਾ ਤਾਂ ਹੁਣ ਫਿਰ ਉਹੀ ਪੋਜੀਸ਼ਨ ਹੁਣੇ ਹੈਗੀ ਕੈਮੀਕਲ ਵੈਪਨਸ ਦੀ ਉੱਥੇ ਸੀ ਵੈਪਨਸ ਆਫ ਅ ਮਾਸ ਡਿਸਟਰਕਸ਼ਨ ਇਹ ਵੀ ਇੱਕ ਉਹ ਵੈਪਨ ਜਿਹਨੇ ਜਿਹੜੇ ਮਾਸ ਡਿਸਟਰਕਸ਼ਨ ਵਾਲੇ ਨੇ ਤਾਂ ਇਹਦਾ ਭਾਵ ਕਿ ਹਿੰਟੇ ਦਿੱਤਾ ਜਾ ਰਿਹਾ ਨੀਕੀ ਹੈਲੀ ਨੇ ਜੋ ਹਿੰਟ ਦਿੱਤਾ ਉਹ ਆਪਣੇ ਤੌਰ ਤੇ ਤਾਂ ਨਹੀਂ ਦਿੱਤਾ ਉਹ ਅਮਰੀਕਾ ਦੀ ਪੋਲਿਸੀ ਹੈ ਜੇ ਕੋਈ ਜਿਹਦੇ ਵਿੱਚ ਉਹਨਾਂ ਦੇ ਰਾਸ਼ਟਰਪਤੀ ਵੀ ਸ਼ਾਮਲ ਹੋਣਗੇ ਤਾਂ ਉਹ ਕਹਿੰਦੇ ਕਿ ਜੇ ਯੂਨੈਕ ਨੇ ਐਕਸ਼ਨ ਨਾ ਕੀਤਾ ਤਾਂ ਅਮਰੀਕਾ ਨੂੰ ਆਪਣੇ ਤੌਰ ਤੇ ਐਕਸ਼ਨ ਲੈਣਾ ਪਏਗਾ ਇਹਦਾ ਅਰਥ ਇਹ ਹੈ ਕਿ ਜਿਹੜੀਆਂ ਅਮਰੀਕਾ ਅਤੇ ਉਹਦੇ ਨਾਲ ਦੀਆਂ ਜਿਹੜੀਆਂ ਨੈਟੋ ਫੋਰਸਸ ਨੇ ਹੋਰ ਹੋ ਸਕਦਾ ਉੱਥੇ ਕੋਈ ਵੱਡਾ ਅਟੈਕ ਆਉਣ ਵਾਲੇ ਦਿਨਾਂ ਵਿੱਚ ਕਰਨ ਜਿਹਦੇ ਨਾਲ ਸੀਰੀਅਨ ਗਵਰਨਮੈਂਟ ਨੂੰ ਵੱਡਾ ਖਤਰਾ ਵੀ ਪੈਦਾ ਹੋ ਸਕਦਾ ਕਿਉਂਕਿ ਬਸ਼ਰ ਅਲ ਅਸਦਾ ਜੋ ਉੱਥੋਂ ਦਾ ਹਾਕਮ ਪ੍ਰੈਜ਼ੀਡੈਂਟ ਉਹਨੂੰ ਗੱਦੀ ਤੋਂ ਲਾਉਣ ਦੇ ਲਈ ਕਾਫੀ ਯਤਨ ਪਹਿਲਾਂ ਵੀ ਹੁੰਦੇ ਰਹੇ ਨੇ ਹੁਣ ਵੀ ਹੋਣਗੇ ਜਾਂ ਉਹਦੇ ਤੇ ਸ਼ਾਂਤੀ ਸਥਾਪਿਤ ਕਰਨ ਦਾ ਵੀ ਇਹਦੇ ਵਿੱਚ ਇੱਕ ਪੱਖ ਹੈ ਦੂਜਾ ਕੈਮੀ ਵੈਪਨ ਤੇ ਕੰਟਰੋਲ ਕਰਨ ਦਾ ਵੀ ਇੱਕ ਪੱਖ ਹੈ ਪਰ ਡੋਨਲਡ ਟਰੰਪ ਦੇ ਅੱਜ ਮੈਂ ਅਖਬਾਰ ਵੀ ਪੜ੍ਹ ਰਿਹਾ ਸੀ ਅਮਰੀਕਾ ਦੇ ਬਹੁਤ ਸਾਰੇ ਉਹਦੇ ਵਿੱਚ ਇਹਨਾਂ ਦੀ ਕੁਝ ਨੀਤੀ ਦੀ ਆਲੋਚਨਾ ਵੀ ਹੋ ਰਹੀ ਹੈ ਕਿ ਇਹ ਡੋਨਲਡ ਟਰੰਪ ਜਿਨੇ ਹੁਣ ਜਿਹੜਾ ਪਹਿਲਾ ਬਿਆਨ ਦਿੱਤਾ ਸੀ ਉਹ ਕਹਿੰਦਾ ਕਿ ਜੋ ਕੁਝ ਵੀ ਸੀਰੀਅਸ ਦੇ ਵਿੱਚ ਇਹ ਵਾਪਰੇ ਆ ਬਹੁਤ ਮੰਦਭਾਗਾ ਮੈਂ ਇਹਦੀ ਆਲੋਚਨਾ ਕਰਦਾ ਜੀ ਪਰ ਇਹਦੇ ਲਈ ਮੈਂ ਬਾਰਾਕ ਓਬਾਮਾ ਦੀ ਐਡਮਨਿਸਟ੍ਰੇਸ਼ਨ ਨੂੰ ਵੀ ਜ਼ਿੰਮੇਵਾਰ ਮੰਨਦਾ ਜਿਨ੍ਹਾਂ ਨੇ ਕਿ ਕੋਈ ਐਗਰੈਸਿਵ ਦਖਲ ਨਹੀਂ ਦਿੱਤਾ ਉੱਥੇ ਵੱਡੇ ਪੱਧਰ ਤੇ ਹੁਣ ਅੱਜ ਤਹਾਂ ਇਹਨਾਂ ਨੇ ਬਿਆਨ ਦਿੱਤਾ ਪਰ ਜੇ ਇਹਨਾਂ ਦੇ ਪਹਿਲੇ ਬਿਆਨ ਦੇਖੋ ਚੋਣ ਸਮੇਂ ਦੇ ਦੌਰਾਨ ਅਤੇ ਚੋਣ ਤੋਂ ਪਹਿਲਾਂ ਦੇ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਸੀਰੀਆ ਦੇ ਵਿੱਚ ਅਮਰੀਕਾ ਨੂੰ ਦਖਲ ਨਹੀਂ ਦੇਣਾ ਚਾਹੀਦਾ ਉਹ ਉਹਨਾਂ ਦੀ ਪ੍ਰੋਬਲਮ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਜੇ ਉੱਥੇ ਆਈਐਸਐਸ ਅਤੇ ਉਹ ਲੜ ਰਹੇ ਨੇ ਆਪਸ ਵਿੱਚ ਸੀਰੀਆ ਦੀ ਗਵਰਨਮੈਂਟ ਉਹਨਾਂ ਨੂੰ ਲੜਨ ਦਿਓ ਵੀ ਹੈਵ ਨੋ ਕੰਸਰਨ ਵਿਦ ਇਟ ਈਵਨ ਜਦੋਂ ਓਬਾਮਾ ਨੇ ਕਿਹਾ ਸੀ ਇੱਕ ਰੈੱਡ ਲਾਈਨ ਖ ਉਹ ਵੀ ਸਾਨੂੰ ਜੇ ਉੱਥੇ ਕੈਮੀਕਲ ਅਟੈਕ ਹੁੰਦਾ ਹੈ ਇਹਨਾਂ ਨੇ ਉਹਦੇ ਬਾਰੇ ਵੀ ਇਹ ਕਿਹਾ ਸੀ ਕਿ ਅਵਾਮਾ ਤੋਂ ਉਹਨਾਂ ਦੇ ਅਟੈਕ ਨਾ ਕਰ ਸੀਰੀਏ ਤੇ ਅਟੈਕ ਨਾ ਕਰ ਯੂਐਸਏ ਨੂੰ ਸਾ ਆਪਣੀਆਂ ਸਾਨੂੰ ਸੇਵਾਵਾਂ ਵੱਖਰੀਆਂ ਨੇ ਪਰ ਅੱਜ ਹੁਣ ਉਹੀ 트ੰਪ ਕਹਿ ਰਹੇ ਨੇ ਕਿ ਨਹੀਂ ਕੁਝ ਐਕਸ਼ਨ ਲੈਣ ਦੀ ਲੋੜ ਹੈ ਕੁਝ ਨਾ ਕੁਝ ਕਰਨਾ ਚਾਹੀਦਾ ਪਰ 트ੰਪ ਨੇ ਹਾਲੇ ਇਹ ਨਹੀਂ ਕਿਹਾ ਕਿ ਕਿਹੜਾ ਐਕਸ਼ਨ ਲੈਣਾ ਹੈ ਕਦੋਂ ਲੈਣਾ ਤੇ ਕਿਵੇਂ ਲੈਣਾ ਇਹਦੇ ਬਾਰੇ ਉਹ ਉਵੇਂ ਹੀ ਚੁੱਪ ਨੇ ਜਿਵੇਂ ਕਿ ਬਰਾਕ ਅਵਾਮਾ ਵੀ 2012 ਦੇ ਵਿੱਚ ਇਸ ਤਰ੍ਹਾਂ ਦਾ ਅਟੈਕ ਹੋਇਆ ਸੀ ਉੱਥੇ ਤਾਂ ਉਦੋਂ ਉਹਨਾਂ ਨੇ ਵੀ ਕਿਹਾ ਸੀ ਕਿ ਐਕਸ਼ਨ ਲੈਣਾ ਚਾਹੀਦਾ ਅਸੀਂ ਰੈਡ ਲਾਈਨ ਰਾਈਟ ਉਦੋਂ ਵੀ ਉਹਨਾਂ ਨੇ ਤਾ ਕੁਛ ਨਹੀਂ ਸੀ ਤਾਂ ਹੁਣ ਕੀ ਅਮਰੀਕਾ ਆਪਣੇ ਤੌਰ ਤੇ ਕੋਈ ਐਕਸ਼ਨ ਲੈਂਦਾ ਜਾਂ ਨਹੀਂ ਲੈਂਦਾ ਜਾਂ ਕੇਵਲ ਧਮਕੀਆਂ ਹੀ ਦੇਵੇਗਾ ਕੀ ਹੋਊਗਾ ਫਿਊਚਰ ਦੇ ਵਿੱਚ ਕਹਰੇ ਵੱਖਰੀ ਸਿਚੁਏਸ਼ਨ ਦੇਖਣ ਵਾਲੀ ਹੋ ਡਾਕਟਰ ਸਾਹਿਬ ਸੀਰੀਆ ਦਾ ਰੌਲਾ ਚੱਲਦਾ ਬਹੁਤ ਚਿਰ ਤੋਂ ਪਿਆ ਹੈ ਇਹ ਰੌਲਾ ਹੈ ਕਿ ਇਸ ਪਰ ਥੋੜਾ ਦੱਸੋ ਹੁਣ ਤੱਕ ਮਨੁੱਖੀ ਘਾਟਾ ਕਿੰਨਾ ਹੋ ਚੁੱਕਾ ਹੈ ਫਿਊਚਰ ਕੀ ਦੱਸਦਾ ਕਿ ਇਸ ਦਾ ਕੁਝ ਸੋਲੂਸ਼ਨ ਨਿਕਲੇਗਾ ਹਾਂ ਜੁਰਾਦੀ ਇਹ ਅਸਲ ਪ੍ਰਸ਼ਨ ਹੈ ਜਿਹੜੇ ਆਮ ਲੋਕਾਂ ਦੀ ਜਵਾਨ ਤੇ ਹੁੰਦਾ ਕਿ ਉਹ ਬੱਚਿਆਂ ਦਾ ਕੀ ਕਸੂਰ ਹੈ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਜਿਹੜੇ ਕਿ ਉਸ ਲੜਾਈ ਚ ਆਪਣੇ ਆਪੇ ਫਸ ਗਏ ਬਹੁਤ ਨੁਕਸਾਨ ਹੋ ਚੁੱਕਿਆ ਹੈ ਸੀਰੀਆ ਦੇ ਇਸ ਮਸ ਤੁਸੀਂ ਦੇਖੋ ਕਿ ਸਰੀਆ ਦੀ ਕੁੱਲ ਪਾਪੂਲੇਸ਼ਨ ਆ ਸਿਰਫ 2 ਕਰੋੜ 25 ਲੱਖ ਜਿਹੜੀ ਸਾਡੇ 1.22 ਮਿਲੀਅਨ ਦੀ ਪਾਪੂਲੇਸ਼ਨ ਹੈ ਨਾ ਹੁਣ 2 ਕਰੋੜ 25 ਲੱਖ ਦੇ ਵਿੱਚੋਂ ਜੇ ਤੁਸੀਂ ਦੇਖੋ ਜਿਹੜੀ ਅਲ ਜਜ਼ੀਰਾ ਦੀ ਅੱਜ ਮੈਂ ਰਿਪੋਰਟ ਦੇਖੀ ਉਹ ਕਹਿੰਦਾ ਕਿ 1 ਕਰੋੜ 10 ਲੱਖ ਲੋਕ ਡਿਸਪਲੇਸਡ ਹੋ ਗਏ ਜਿੱਦਰ ਉਧਰ ਉਹਨਾਂ ਨੂੰ ਘਰ ਛੱਡਣੇ ਪਏਗੇ 15 ਤੋਂ 20 ਲੱਖ ਲੋਕ ਉੱਥੋਂ ਦੇ ਰਿਫਿਊਜੀ ਬਣ ਗਏ ਕੋਈ ਤੁਰਕੀ ਵੱਲ ਨੂੰ ਭੱਜ ਗਿਆ ਕੋਈ ਲੈਬਨਨ ਵੱਲ ਨੂੰ ਭੱਜ ਗਿਆ ਇਹਨਾਂ ਦੇਸ਼ਾਂ ਦੇ ਵਿੱਚ ਆ ਗਏ ਆ ਤਾਂ ਇਹਦਾ ਬਹੁਤ ਮਨੁੱਖੀ ਕਹਾਣ ਹੋ ਰਿਹਾ ਮਨੁੱਖਾਂ ਦੀ ਜਾਨ ਜਾ ਰਹੀ ਹੈ ਇੱਕ ਪੱਖ ਦੂਜਾ ਪੱਖ ਇਕਨੋਮੀ ਬਿਲਕੁਲ ਤਬਾਹ ਹੋ ਚੁੱਕੀ ਹੈ ਸੀਰੀਆ ਦੀ ਪਿਛਲੇ 6 ਸਾਲਾਂ ਤੋਂ ਉ ਮਾਰਚ ਦੇ ਵਿੱਚ ਸ਼ੁਰੂ ਹੋਈ ਸੀ 2011 ਦੇ ਵਿੱਚ ਛੋਟੀ ਜਿਹੀ ਘਟਨਾ ਸੀ ਬੱਚਿਆਂ ਨੇ ਕੋਈ ਗ੍ਰਾਫੀ ਬਣਾਈ ਸਰਕਾਰ ਦੀ ਉਹਦੇ ਉਲਟ ਉਹਨਾਂ ਨੇ ਉਹਨਾਂ ਨੂੰ ਕੈਦ ਕਰਤਾ ਕੁਝ ਡਿਟੈਂਸ਼ਨ 'ਚ ਬੱਚੇ ਮਾਰੇ ਗਏ ਫਿਰ ਵਿਰੋਧ ਹੋਇਆ ਉਹਨਾਂ ਦਿਨਾਂ ਦੇ ਵਿੱਚ ਅਰਬ ਸਪ੍ਰਿੰਗ ਵੀ ਚੱਲਦੀ ਸੀ ਉੱਥੇ ਜਿਵੇਂ ਆਪਸੀਂ ਕਹਿੰਦੇ ਕਿ ਏਜੀਪਟ ਦੇ ਵਿੱਚ ਲੀਬੀਆ ਦੇ ਵਿੱਚ ਕੁਝ ਹੋਰ ਕੰਟਰੀ ਦੇ ਵਿੱਚ ਉਹਨਾਂ ਦਿਨਾਂ 'ਚ ਹਕੂਮਤਾਂ ਚੇਂਜ ਹੋਈਆਂ ਇੱਕ ਨਵਾਂ ਰੈਵਿਊਸ਼ਨ ਟਾਈਪ ਉੱਠਿਆ ਉੱਥੇ ਇਸਲਾਮਿਕ ਰੈਵਿਊਸ਼ਨ ਵੀ ਕਹਿੰਦੇ ਹੁੰਦੇ ਸੀ ਕੁਝ ਲੋਕ ਉਹਨੂੰ ਧਾਰਮਿਕ ਪੱਖ ਸੀ ਉਹਦਾ ਤਾਂ ਉਹ ਉਹਦਾ ਵੀ ਅਸਰ ਉੱਥੇ ਹੋਇਆ ਸੀ ਰੀ ਦੇ ਵਿੱਚ ਕਿ ਹਾਂ ਹੁਣ ਮੌ ਤਨੂੰ ਘਦੀ ਤੋਂ ਲਾ دیے ਤਾਂ ਉਹਦਾ ਜਦੋਂ ਵਿਰੋਧ ਹੋਇਆ April 2011 ਦੀ ਗੱਲ ਹੈ ਉਸ ਦੇ ਵਿੱਚ ਗੋਲੀ ਚੱਲੀ ਕਾਫੀ ਲੋਕ ਮਾਰੇ ਗਏ 2012 ਤੋਂ ਹੁਣ ਤੱਕ ਸਿਵਲ ਵਾਰ ਬਹੁਤ ਘਨਾਉਣਾ ਰੂਪ ਧਾਰਨ ਕਰ ਗਈ ਹੈ ਸੀਰੀਆ ਦਾ ਇੱਕ ਹਿੱਸਾ ਵੱਡਾ ਉਹ ਹੈ ਜਿੱਥੇ ਕਿ ਇਸਲਾਮਿਕ ਸਟੇਟ ਵਾਲਿਆਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਜਿਹੜੇ ਕਿ ਵਕਰੇ ਕਿਸਮ ਦੇ ਇੱਕ ਅਤਵਾਦੀ ਕਹਿੰਦੇ ਨੇ ਦੁਨੀਆ ਵਿੱਚ ਉਹਨਾਂ ਨੂੰ ਇੱਕ ਏਰੀਆ ਉੱਪਰਲੇ ਪਾਸੇ ਉਹ ਹੈ ਜਿਹੜਾ ਕਿ کوردستان ਨੇ ਆਪਣੇ ਕੰਟਰੋਲ 'ਚ ਕੀਤਾ ਹੋਇਆ ਉੱਥੇ ਉਹਨਾਂ ਦੀ ਡੈਮੋਕ੍ਰੇਟਿਕ ਫੋਰਸ ਚੱਲ ਰਹੀਆਂ ਨੇ ਇੱਕ ਹਿੱਸਾ ਉਹ ਹੈ ਜੋ ਸੀਰੀਆ ਗਵਰਨਮੈਂਟ ਦੇ ਵਿਰੋਧ ਦੇ ਵਿੱਚ ਨੇ ਫਰੀ ਸੀਰੀਆ ਆਰਮੀ ਉਹਨਾਂ ਨੇ ਨਾ ਰੱਖਿਆ ਹੋਇਆ ਆਪਣਾ ਜਿੱਥੇ ਆ ਸਾਰੀ ਘਟਨਾ ਵਾਪਰੀ ਹੈ ਇੱਕ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ ਇੱਕ ਹਿੱਸਾ ਉਹ ਹੈ ਜਿਹੜਾ ਕਿ ਉਥੋਂ ਦੀ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ ਇਹਦਾ ਬਾਬ ਚਾਰ ਹਿੱਸੇ ਨੇ ਇਸ ਵੇਲੇ ਸੀਰੀਆ ਤੇ ਜਿੱਥੇ ਵੱਖਰੇ ਵੱਖਰੇ ਗਰੁੱਪਾਂ ਦਾ ਕੰਟਰੋਲ ਹੈ ਸਿਵਲ ਵਾਰ ਚੱਲ ਰਹੀ ਹੈ ਪੰਡਾਂ ਦੇ ਦੋਨੇ ਹੀ ਧੜੇ ਸਰਕਾਰੀ ਧੜਾ ਵੀ ਵਿਰੋਧੀ ਧੜਾ ਵੀ ਸਿਵਲਿਅਨਸ ਦਾ ਕਤਲ ਹੁੰਦਾ ਉਹਦੇ ਵਿੱਚ ਜਦੋਂ ਬੰਬ ਧਮਾਕੇ ਹੁੰਦੇ ਨੇ ਗੋਲੀਆਂ ਚੱਲਦੀਆਂ ਨੇ ਤਾਂ ਮਰਦੇ ਤਾਂ ਸਿਵਲ ਹੀ ਨੇ ਉਹ ਜਿਹੜੇ ਉਹਨਾਂ ਦੇ ਵਿੱਚ ਲੋਕ ਨੇ ਉਹ ਉਹਨੇ ਨਹੀਂ ਮਰਦੇ ਜਨ ਕਿ ਸਿਵਲਿਅਨ ਮਾਰੇ ਜਾ ਰਹੇ ਸੋ ਬਹੁਤ ਵੱਡ ਇੱਕ ਤਰ੍ਹਾਂ ਦਾ ਸੰਤਾਪ ਅਸੀਂ ਕਹਿ ਸਕਦੇ ਹਾਂ ਜਿਹੜਾ ਸੀਰੀਆ ਦੇ ਵਿੱਚ ਚੱਲ ਰਿਹਾ ਹੈ ਤੇ ਸੀਰੀਆ ਦੀ ਸਰਕਾਰ ਇਸ ਵੇਲੇ ਇਸ ਨੂੰ ਫੇਸ ਕਰ ਰਹੀ ਹੈ ਵੱਡੇ ਪੱਧਰ ਦੇ ਉੱਤੇ ਹੁਣ ਇੱਕ ਪਾਸੇ ਤਾਂ ਸੀਰੀਆ ਉਹਦੀ ਰੂਸ ਹਮਾਇਤ ਕਰ ਰਿਹਾ ਹੈ ਕਿ ਮੈਂ ਉਹਨਾਂ ਦੇ ਨਾਲ ਖੜਾ ਅਤੇ ਇਰਾਨ ਵੀ ਉਹਨਾਂ ਦੀ ਹਮਾਇਤ ਕਰਦਾ ਇਹ ਇੱਕ ਧੜਾ ਦੂਜੇ ਪਾਸੇ ਇੱਕ ਨੈਟੋ ਦਾ ਧੜਾ ਜਿਹਦੇ ਵਿੱਚ ਅਮਰੀਕਾ ਫਰਾਂਸ ਯੂਕੇ ਜਾਂ ਹੋਰ ਇਸ ਤਰ੍ਹਾਂ ਦੇ ਕੰਟਰੀ ਨੇ ਸਾਰੇ ਨੈਟੋ ਵਾਲੇ ਉਹ ਕਹਿੰਦੇ ਨੇ ਕਿ ਅਸੀਂ ਉਹ ਜਿਹੜੀ اپੋਜੀਸ਼ਨ ਐ ਸੀਰੀਆ ਗਵਰਨਮੈਂਟ ਦੇ ਵਿਰੋਧ ਦੇ ਵਿੱਚ ਉਹਨਾਂ ਦੀ ਹੈਲਪ ਵੀ ਕਰਦੇ ਨੇ ਤੇ ਆਈਐਸਐਲ ਦੇ ਵਿਰੋਧ ਦੇ ਵਿੱਚ ਵੀ ਲੜਾਈ ਲੜਦੇ ਨੇ ਇੱਕ ਉਹ ਗਰੁੱਪ ਹੈ ਜੀ ਤਾਂ ਚਾਰ ਗਰੁੱਪ ਨੇ ਉੱਥੇ ਵੱਖਰੇ ਵੱਖਰੇ ਕੁਝ ਇਸਲਾਮਿਕ ਗਰੁੱਪ ਹੋਰ ਵੀ ਨੇ ਅਲ ਨਸਰ ਹੋਣੀ ਵੀ ਵਗੈਰਾ ਤਾਂ ਉਹਨਾਂ ਦੀ ਆਪਸ ਵਿੱਚ ਜਿਹੜੀ ਇੰਨਾ ਰਾਮ ਰੋਲਾ ਕਿਸੇ ਦੇਸ਼ ਵਿੱਚ ਹੋਰ ਨਹੀਂ ਦੇਖਿਆ ਗਿਆ ਜਿੰਨਾ ਉਥਾ ਉਹਨਾਂ ਦਾ ਜਿੱਥੇ ਫਿਊਚਰ ਹੈ ਕਿ ਉੱਥੇ ਸ਼ਾਂਤੀ ਸਥਾਪਿਤ ਹੋ ਸਕਦੀ ਹੈ ਸਿਰਫ ਇੱਕੋ ਹੀ ਸ਼ਰਤ ਨੇ ਹੋ ਸਕਦੀ ਹੈ ਜੇ ਪੰਜੇ ਵੱਡੀਆਂ ਤਾਕਤਾਂ ਇਕੱਠੀਆਂ ਹੋ ਜਾਣ ਖਾਸ ਤੌਰ ਤੇ ਰੂਸ ਤੇ ਅਮਰੀਕਾ ਇਸ ਗੱਲ ਤੇ ਸਹਿਮਤੀ ਕਰ ਲੈਣ ਕਿ ਹਾਂ ਉੱਥੇ ਸ਼ਾਂਤੀ ਚਾਹੀਦੀ ਹੈ ਤਾਂ ਸ਼ਾਂਤੀ ਹੋ ਸਕੇਗੀ ਕਿਉਂਕਿ ਰੂਸ ਵੀ ਆਈਐਸਐਸ ਦੇ ਵਿਰੁੱਧ ਹੈ ਅਮਰੀਕਾ ਵੀ ਆਈਐਸਐਸ ਦੇ ਵਿਰੁੱਧ ਹੈ ਹੁਣ ਲੜਾਈ ਇਕੱਲੀ ਆਈਐਸਐਸ ਦੇ ਵਿਰੁੱਧ ਨਹੀਂ ਕਮਿਤਾਕਤਾ ਨਾਲ ਦੀ ਨਾਲ ਅਸਦ ਨੂੰ ਵੀ ਗੱਦੀ ਤੋਂ ਲਾਉਣਾ ਚਾਹੁੰਦੀਆਂ ਨੇ ਰੂਸ ਉਹ ਨਹੀਂ ਚਾਹੁੰਦਾ ਉੱਥੇ ਸਮਝੌਤਾ ਹੋਣ ਦੀ ਲੋੜ ਹੈ ਦੋਨਾਂ ਦੀ اپੋਜੀਸ਼ਨ ਨੂੰ ਕਿਵੇਂ ਸ਼ਾਂਤ ਕਰਨਾ ਜਿਹੜੇ ਉੱਥੋਂ ਦੇ ਰੈਬਲ ਪੈਦਾ ਹੋਏ ਨੇ ਇਹ ਇੱਕ ਵੱਖਰਾ ਪੱਖ ਹੈ ਯਾਨੀ ਬਹੁਤ ਹੀ ਮਲਟੀ ਵੈਰੀਅਸ ਉਹਦੇ ਲੇਅਰਸ ਕਹਿ ਸਕਦੇ ਆ ਉਹਨੂੰ ਹੱਲ ਕਰਨ ਦੇ ਲਈ ਸਾਰਿਆਂ ਨੂੰ ਮਿਲ ਬੈਠ ਕੇ ਸ਼ਾਂਤੀ ਨਾਲ ਹੱਲ ਕਰਨ ਦੀ ਲੋੜ ਹੈ ਜੇ ਬਿਨਾਂ ਕਿਸੇ ਖਾਸ ਇੰਟਰਸਟ ਤੋਂ ਜਿਹੜਾ ਹੋਊਗਾ ਤਾਂ ਇਹ ਗੱਲ ਹੋ ਜੂਗੀ ਨਹੀਂ ਸਰੀਆ ਦੀ ਵੀ ਤਬਾਹੀ ਹੈ ਅਤੇ ਦੁਨੀਆਂ ਲਈ ਵੀ ਖਤਰਨਾਕ ਦੀ ਹੈ ਡਾਕਟਰ ਜਸਵੰਤ ਮੈਤੀ ਸਮਾਪਤ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸੀ ਅੱਜ ਦਾ ਮੁੱਦਾ ਅਸੀਂ ਪ੍ਰਾਈਮ ਏਸ਼ੀਆ ਆਦਾਰਾ ਵੱਲੋਂ ਵੀ ਇਸ ਘਟਨਾ ਦੀ ਨਕੇਦੀ ਕਰਦੇ ਹਾਂ ਕੱਲ ਨੂੰ ਇੱਕ ਨਵਾਂ ਮੁੱਦਾ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ